ਵੀਰ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਸਾਡਾ ਪਹਿਲਾ ਸਵਾਲ ਹੈ, ਕੈਨੇਡਾ ਦੀ ਇੱਕ ਪ੍ਰਮੁੱਖ ਸਿਆਸੀ ਪਾਰਟੀ ਨੇ ਆਪਣੀ ਸਾਲਾਨਾ ਕਨਵੈਨਸ਼ਨ ਵਿੱਚ ਮਤਾ ਪਾਸ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਹੱਕਾਂ ਦਾ ਰਾਖਾ ਕਰਾਰ ਦਿੱਤਾ ਹੈ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ ਬਹੁਤ ਚੰਗੀ ਪ੍ਰਾਪਤੀ ਹੈ। ਕੈਨੇਡਾ ਦੀਆਂ ਤਿੰਨ ਵੱਡੀਆਂ ਪਾਰਟੀਆਂ ਨੇ, ਲਿਬਰਲ ਹੈ, NDP ਹੈ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਹੈ, ਕੰਜ਼ਰਵੇਟਿਵ ਥਰਡ 'ਤੇ ਹੈ ਜੀ। ਪਿਛਲੀਆਂ ਚੋਣਾਂ ਦੇ ਵਿੱਚ NDP ਪਾਰਟੀ ਜਿਹੜੀ ਹੈ ਉਹ ਕਾਫੀ ਸਟਰੈਂਥ ਦੇ ਨਾਲ ਅੱਗੇ ਆਈ ਹੈ ਜੀ। ਸਿੱਖ ਆਮ ਤੌਰ 'ਤੇ ਕੈਨੇਡਾ 'ਚ ਲਿਬਰਲ ਪਾਰਟੀ ਨਾਲ ਜੁੜੇ ਹੁੰਦੇ ਸੀ, ਪਰ ਹੌਲੀ ਹੌਲੀ ਲਿਬਰਲ ਪਾਰਟੀ ਦੀਆਂ ਨੀਤੀਆਂ ਭਾਰਤ ਪੱਖੀ ਵੀ ਹੁੰਦੀਆਂ ਗਈਆਂ, ਕਿਸੇ ਹੱਦ ਤੱਕ ਉਹਨਾਂ ਨੇ ਕੁਛ ਖਾਸ ਮੁੱਦਿਆਂ 'ਤੇ ਸਟੈਂਡ ਨਹੀਂ ਲਿਆ। ਹੁਣ NDP ਪਾਰਟੀ ਨੇ ਪਿਛਲੇ ਸਮੇਂ 'ਚ ਜਿਵੇਂ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ, ਨਵੰਬਰ 84 ਨੂੰ ਨਸਲਕੁਸ਼ੀ ਮੰਨਣਾ, ਔਰ ਐਤਕੀ ਚੰਗੀ ਗੱਲ ਇਹ ਹੋਈ ਹੈ ਕਿ ਜਿਹੜਾ ਇੱਕ ਉੱਥੋਂ ਦਾ ਬ੍ਰਾਮੇਲੀਆ ਗੌਰ ਮਾਲਟਨ ਹਲਕਾ ਹੈ, ਉੱਥੋਂ ਇੱਕ ਸਿੱਖ ਨੌਜਵਾਨ ਜਗਮੀਤ ਸਿੰਘ ਜਿਹੜੇ ਨੇ ਉਹ MLA ਚੁਣੇ ਗਏ ਨੇ ਅਸੈਂਬਲੀ ਦੇ ਲਈ, ਔਰ ਇਹ ਬੜੇ ਵੋਕਲ ਨੇ। TV 84 'ਤੇ ਵੀ ਉਹਨਾਂ ਦਾ ਇੰਟਰਵਿਊ ਇੱਕ ਵਾਰੀ ਆਇਆ ਸੀ ਲਾਈਵ, ਉਹਨਾਂ ਨੇ ਦਿੱਤਾ। ਉਹਨਾਂ ਨੇ ਜਦੋਂ ਕਿ NDP ਦੀ ਹੁਣ ਨੈਸ਼ਨਲ ਕਨਵੈਨਸ਼ਨ ਚੱਲ ਰਹੀ ਹੈ ਉਹਦੇ 'ਚ ਉਹਨਾਂ ਨੇ ਮਤਾ ਲਿਆਂਦਾ, ਕਿਉਂਕਿ ਜਸਵੰਤ ਸਿੰਘ ਖਾਲੜਾ ਕੈਨੇਡਾ ਵੀ ਆ ਕੇ ਗਏ ਸੀ, ਔਰ ਮੇਰੀ ਵੀ ਇਹ ਖੁਸ਼ਕਿਸਮਤੀ ਹੈ ਕਿ ਜਦੋਂ ਕੈਨੇਡਾ ਆਏ ਸੀ ਅਸੀਂ ਦੋਨਾਂ ਨੇ ਇੱਕੋ ਸਟੇਜ ਤੋਂ ਹੀ, ਅਣਕੀਲਾ ਪੰਜਾਬ ਦਾ ਪ੍ਰੋਗਰਾਮ ਸੀ ਡਿਕਸੀ ਗੁਰਦੁਆਰਾ ਸਾਹਿਬ ਟੋਰਾਂਟੋ 'ਚ, ਇੱਕੋ ਸਟੇਜ ਤੋਂ ਐਡਰੈਸ ਕੀਤਾ ਜੀ, ਔਰ ਉਹ ਉਹਨਾਂ ਦੀ ਲਾਸਟ ਕੈਨੇਡਾ ਫੇਰੀ ਸੀ। ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਲਿਆ ਗਿਆ ਔਰ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਜੀ। ਉਹਨਾਂ ਨੇ ਪੰਜਾਬ 'ਚ ਬਹੁਤ ਵੱਡਾ ਕੰਮ ਕੀਤਾ। ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹਾਂ ਜੀ, ਤਾਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਬਾਕੀ ਹਿਊਮਨ ਰਾਈਟਸ ਐਕਟਿਵਿਸਟਾਂ ਨਾਲ ਮਿਲ ਕੇ, ਜਿਨ੍ਹਾਂ 'ਚ ਰਾਮ ਨਾਰਾਇਣ ਕੁਮਾਰ ਉਸ ਵੇਲੇ ਕਾਫੀ ਐਕਟਿਵ ਸਨ ਜੀ, ਉਹਨਾਂ ਨੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ 'ਚੋਂ ਇਹ ਸਬੂਤ ਕੱਢੇ ਸੀ ਕਿ ਕਿਵੇਂ 2500 ਦੇ ਕਰੀਬ ਜਿਹੜੀਆਂ ਲਾਸ਼ਾਂ ਨੇ, ਜਿਹੜੇ ਬੰਦੇ ਨੇ, ਬੰਦੇ ਉਹਨਾਂ ਦੇ ਵਿੱਚ ਭਾਈ ਪੰਜਵੜ ਦੀ ਮਾਤਾ ਵੀ ਸੀ, ਉਹਨਾਂ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ। ਔਰ ਇਹੀ ਕਹਾਣੀ ਲੈ ਕੇ ਜਿਹੜੀਆਂ ਉਹਨਾਂ ਨੇ ਫਿਗਰਸ ਸ਼ਮਸ਼ਾਨ ਘਾਟਾਂ ਤੋਂ ਇਕੱਠੀਆਂ ਕੀਤੀਆਂ, ਉਹ ਕੈਨੇਡਾ 'ਚ ਆਏ ਜੀ, ਔਰ ਕੈਨੇਡਾ 'ਚ ਉਹਨਾਂ ਨੇ ਅੱਡ ਅੱਡ ਮੈਂਬਰ ਪਾਰਲੀਮੈਂਟ ਦੇ ਨਾਲ ਗੱਲਬਾਤ ਕੀਤੀ, ਕੈਨੇਡੀਅਨ ਪਾਰਲੀਮੈਂਟ 'ਚ ਵੀ ਉਹ ਗਏ, ਪਰ ਉਹਨਾਂ ਦੀ ਗੱਲ ਨੂੰ ਉਸ ਗੰਭੀਰਤਾ ਨਾਲ ਨਹੀਂ ਲਿਆ ਗਿਆ। ਹਾਲਾਂ ਉਹਨਾਂ ਨੇ ਕਿਹਾ ਕਿ ਅਜੀਤ ਸਿੰਘ ਸੰਧੂ ਜਿਹੜਾ ਕਿ ਉੱਥੋਂ ਦਾ SSP ਸੀ ਤਰਨ ਤਾਰਨ ਦਾ, ਉਹ ਇਹ ਕਹਿੰਦਾ ਕਿ ਵੀ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦਾ, ਜੇ 25,000 ਇੱਕ ਵੀ ਹੋ ਗਈ ਤਾਂ ਕੋਈ ਫਰਕ ਨਹੀਂ ਪਏਗਾ ਜੀ, ਪਰ ਅਸੀਂ ਸਮਝਦੇ ਹਾਂ ਵੀ NDP ਪਾਰਟੀ ਵਧਾਈ ਦੀ ਹੱਕਦਾਰ ਹੈ, ਔਰ ਇਹ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਉਹਨਾਂ ਨੇ ਪੰਜਾਬ ਦੇ ਇੱਕ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਇਹ ਮਾਣ ਦਿੱਤਾ ਹੈ। ਇਹ ਮਾਣ ਸਮੁੱਚੀ ਸਿੱਖ ਕੌਮ ਲਈ ਹੈ ਜੀ, ਔਰ ਮੈਂ ਸਮਝਦਾ ਵੀ ਇਹ ਗੱਲ ਸਾਬਤ ਕਰਦੀ ਹੈ ਕਿ ਅੱਜ ਵੀ ਦੁਨੀਆ 'ਚ ਸੱਚ ਦੀ ਆਵਾਜ਼ ਨੂੰ ਸੁਣਨ ਵਾਲੇ ਕਰਨ ਵਾਲੇ ਮੌਜੂਦ ਨੇ ਜੀ। ਡਾਕਟਰ ਸਾਹਿਬ, ਮੀਡੀਆ ਰਿਪੋਰਟਾਂ ਅਨੁਸਾਰ ਨਰਿੰਦਰ ਮੋਦੀ ਦੇ ਵਿਕਸਿਤ ਗੁਜਰਾਤ ਵਿੱਚ ਅੱਧੇ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਦੇ ਲਈ ਗਰੂਮ ਕੀਤਾ ਜਾ ਰਿਹਾ 2014 ਦੀਆਂ ਚੋਣਾਂ ਤੋਂ ਬਾਅਦ, ਔਰ ਗੁਜਰਾਤ ਦੇ ਬੜੇ ਵਿਕਾਸ ਦੀਆਂ ਗੱਲਾਂ ਹੋ ਰਹੀਆਂ ਜੀ ਕਿ ਉਹ, ਔਰ ਉਹ ਇਸ ਤਰੀਕੇ ਨਾਲ ਮੀਡੀਆ ਕੈਂਪੇਨ ਚੱਲ ਰਹੀ ਹੈ ਜਿਵੇਂ ਗੁਜਰਾਤ ਜਿਹੜਾ ਹੈ ਉਹ ਕੋਈ ਸਵਰਗਪੁਰੀ ਹੈ, ਉੱਥੇ ਸਾਰੇ ਜਿਹੜੇ ਨੇ ਉਹ ਚਾਹ 'ਚ ਆਨੰਦ 'ਚ ਰਹਿੰਦੇ ਨੇ ਜੀ। ਹੁਣ ਇਹ ਮੀਡੀਆ ਰਿਪੋਰਟ ਆਈ ਹੈ ਵੀ ਅੱਧੀ ਆਬਾਦੀ ਗੁਜਰਾਤ ਦੀ ਜਿਹੜੀ ਹੈ ਉਹਨਾਂ ਕੋਲ ਪੀਣ ਵਾਲਾ ਪਾਣੀ ਨਹੀਂ, ਅਜੇ ਗਰਮੀਆਂ ਸ਼ੁਰੂ ਨਹੀਂ ਹੋਈਆਂ ਜੀ, ਔਰ ਇਹ ਜਿਹੜੇ ਖਾਸ ਤੌਰ 'ਤੇ ਸੌਰਾਸ਼ਟਰਾ ਔਰ ਕੱਛ ਖੇਤਰ ਹੈ ਇਹਦੇ 'ਚ ਤਾਂ ਪਾਣੀ ਦੇ ਸਾਰੇ ਟੋਬੇ ਔਰ ਦੂਜੇ ਜਿੰਨੇ ਪੌਂਡਸ ਆਫ ਵਾਟਰ ਛੱਪੜ ਸਾਰੇ ਸੁੱਕ ਗਏ ਨੇ ਜੀ। 2.5 ਮੀਲ ਤੱਕ ਲੋਕਾਂ ਨੂੰ ਪਾਣੀ ਲੈਣ ਦੇ ਲਈ ਆਉਣਾ ਪੈਂਦਾ, ਜਿਹੜੀ ਉਹਨਾਂ ਸ਼ਹਿਰਾਂ ਦੀ ਆਬਾਦੀ ਵੀ ਹੈ ਉੱਥੇ ਵੀ ਸਵੇਰੇ 3 ਵਜੇ ਅੱਧੇ ਘੰਟੇ ਲਈ ਪਾਣੀ ਦੇ ਟੈਪ ਚੱਲਦੇ ਨੇ, ਫਿਰ ਪਾਣੀ ਬੰਦ ਹੋ ਜਾਂਦਾ, ਲੋਕਾਂ ਨੇ ਨਹਾਉਣਾ ਵੀ ਬੰਦ ਕਰ ਦਿੱਤਾ, ਪੀਣ ਲਈ ਪਾਣੀ ਨਹੀਂ ਹੈ ਜੀ। ਔਰ ਦੂਸਰੀ ਗੱਲ ਜਿਹੜੀ ਹੈ ਵੀ ਜਦੋਂ ਇਹ ਕਿਹਾ ਜਾਂਦਾ ਵੀ ਤੁਹਾਡਾ ਐਡਾ ਵੱਡਾ ਸਰਦਾਰ ਡੈਮ ਉੱਥੇ ਇੱਕ ਬਣਾਇਆ ਹੋਇਆ, ਤੁਹਾਡਾ ਨੈਟਵਰਕ ਕਿੱਥੇ ਹੈ? ਜੇ ਅੱਧੀ ਆਬਾਦੀ ਲਈ ਪੀਣ ਵਾਲਾ ਪਾਣੀ ਨਹੀਂ ਹੈ ਤਾਂ ਤੁਹਾਡਾ ਕਿਹੜਾ ਵਿਕਾਸ ਹੈ? ਇਹ ਵਿਕਾਸ ਕਹਿੰਦੇ ਨੇ ਕਿ ਕਾਰਖਾਨੇ 4 ਲਵਾ ਦਿੱਤੇ ਨੇ, ਕਮਿਸ਼ਨ ਵੀ ਖਾ ਲਏ, BJP ਨੂੰ ਮੋਟੇ ਫੰਡ ਵੀ ਮਿਲਣਗੇ। ਸੋ ਇਹ ਸਟੋਰੀ ਵੀ ਹਿੰਦੁਸਤਾਨ ਦੇ ਸਾਰੇ ਮੀਡੀਆ 'ਚ ਹੀ ਆਈ ਹੈ। ਸੋ ਮੈਂ ਸਮਝਦਾ ਵੀ ਜੇ ਕੋਈ ਸੱਚਮੁੱਚ ਦੇ ਇਨਵੈਸਟੀਗੇਟਿਵ ਜਰਨਲਿਸਟ ਨੇ ਤਾਂ ਇੱਦਾਂ ਦੀਆਂ ਕਹਾਣੀਆਂ ਹੋਰ ਕੱਢ ਕੇ ਲਿਆਉਣ, ਤਾਂ ਕਿ ਜਿਹੜੇ ਥੋਥੇ ਦਾਅਵੇ ਨੇ ਕਿ ਜੀ ਬੜਾ ਨਰਿੰਦਰ ਮੋਦੀ ਨੇ ਗੁਜਰਾਤ ਨੂੰ ਜਿਹੜਾ ਉਹ ਜੰਨਤ ਬਣਾ ਦਿੱਤਾ, ਇਹ ਭਰਮ ਜ਼ਰੂਰ ਟੁੱਟਣਾ ਚਾਹੀਦਾ। ਸੋ ਇਸ ਸਟੋਰੀ ਨੇ ਐਟਲੀਸਟ ਇਸ ਗੱਲ ਨੂੰ ਜ਼ਰੂਰ ਚੈਲੰਜ ਕੀਤਾ ਜੀ। ਡਾਕਟਰ ਸਾਹਿਬ, ਓਲੰਪੀਅਨ ਬਾਕਸਰ ਵਜਿੰਦਰ ਸਿੰਘ ਬਾਰੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਕਿਹਾ ਹੈ ਕਿ ਉਸਦੇ ਟੈਸਟ 'ਚੋਂ ਕਿਸੇ ਡਰੱਗ ਦੇ ਇਸਤੇਮਾਲ ਦੇ ਸਬੂਤ ਨਹੀਂ ਮਿਲੇ।
ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇਹਨਾਂ ਦੀਆਂ ਏਜੰਸੀਆਂ ਨੇ ਜਿਹਨੂੰ ਮਰਜ਼ੀ ਡਰੱਗੀ ਬਣਾ ਦੇਣ, ਜਿਹਨੂੰ ਮਰਜ਼ੀ ਮੁਕਤ ਕਰ ਦੇਣ। ਹੁਣ ਇਹ ਬੰਦਾ ਜਿਹੜਾ ਸੈਂਪਲ ਦੇਣ ਨੂੰ ਤਿਆਰ ਨਹੀਂ ਸੀ, ਨਾ ਪੰਜਾਬ ਪੁਲਿਸ ਨੂੰ ਨਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ। ਕੋਈ ਇੱਟੀ ਸਿੱਟੀ ਉੱਤੇ ਰਲੀ ਹੋਏਗੀ ਐਂਟੀ ਡੋਪਿੰਗ ਵਾਲਿਆਂ ਦੇ ਨਾਲ, ਅਤੇ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ, ਬਿਲਕੁਲ ਕਲੀਅਰ ਹੈ ਜੀ, ਤਾਂ ਸਾਡਾ ਬਿਲਕੁਲ, ਇਹਨੇ ਤਾਂ ਕਦੇ ਡਰੱਗ ਖਾਣੀ ਤੱਕ, ਇਹਨੇ ਤਾਂ ਸੂੰਘ ਕੇ ਵੀ ਨਹੀਂ ਦੇਖੀ ਹੈ। ਹਾਲਾਂਕਿ ਇਹਦੇ ਸਾਥੀ ਜਿਹੜਾ ਪੰਜਾਬ ਪੁਲਿਸ 'ਚ ਫੜੇ ਗਏ, ਜਿਹੜਾ ਦੂਸਰਾ ਸੀ, ਉਹਨਾਂ ਨੇ ਕਿਹਾ ਕਿ ਜੀ ਅਸੀਂ ਫਲਾਣੇ ਦੇ ਕੋਲ ਜਾਂਦੇ ਰਹੇ, ਇੰਨੀ ਵਾਰ ਜਿਹੜਾ ਇਹ ਵੀ ਕਰਦਾ ਰਿਹਾ ਨਸ਼ਾ, ਮੈਂ ਵੀ ਇਹ ਠੀਕ ਹੈ ਵੀ ਡਰੱਗ ਵੇਚਦਾ ਨਾ ਹੋਏਗਾ, ਬਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਇਹਨੇ ਰਜਿਸਟ ਕੀਤਾ ਆਪਣੇ ਬਲੱਡ ਸੈਂਪਲ ਦੇਣ ਤੋਂ ਪਹਿਲੀ ਦਿਨ ਤੋਂ ਕੋਰਟ ਆਰਡਰ ਤੱਕ ਵੀ, ਉਸ ਤੋਂ ਜ਼ਾਹਰ ਹੈ ਵੀ ਇਹ ਡਰੱਗ ਐਡਿਕਟ ਹੈ। ਪਰ ਜਿੱਦਾਂ ਹੁਣ ਐਂਟੀ ਡੋਪਿੰਗ ਏਜੰਸੀ ਨੇ ਉਹਨੂੰ ਕਲੀਅਰੈਂਸ ਕੀਤੀ, ਇਹਦਾ ਮਤਲਬ ਵੀ ਚੰਗਾ ਮੋਟਾ ਸੌਦਾ ਹੋਇਆ, ਕਿੰਨੇ ਮਿਲੀਅਨ ਡਾਲਰ 'ਚ ਹੋਇਆ, ਇਹ ਤਾਂ ਹੁਣ ਇਹੀ ਦੱਸ ਸਕਦੇ ਨੇ। ਪਰ ਇਹ ਗੱਲ ਸਾਬਤ ਕਰਦੀ ਹੈ ਕਿ ਉੱਥੇ ਕਿਵੇਂ ਇਹਨਾਂ ਦੇ ਨੈਟਵਰਕ ਕੰਮ ਕਰਦੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦਸਵੇਂ ਪਾਤਸ਼ਾਹ ਦੀ ਬਾਣੀ ਅਸੀਂ ਰੋਜ਼ਾਨਾ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਜਿਹਨਾਂ ਦੇ ਵਿੱਚ ਜਾਪ ਸਾਹਿਬ ਔਰ ਤਵ ਪ੍ਰਸਾਦ ਸਵੱਈਏ ਨੇ ਜੀ, ਔਰ ਬੇਸ਼ੱਕ 10 ਸਵੱਈਏ ਤਵ ਪ੍ਰਸਾਦ ਨਿਤਨੇਮ ਦਾ ਹਿੱਸਾ ਨੇ, ਪਰ ਇਹ ਹੋਰ ਵੀ ਸਵੱਈਏ ਨੇ ਜਿਹੜੇ, ਕਿਉਂਕਿ ਨਿਤਨੇਮ ਦੇ ਗੁਟਕੇ 'ਚ ਵੀ ਹੁੰਦੇ ਨੇ ਜੀ, ਔਰ ਉਸ ਦੇ ਵਿੱਚ ਇੱਕ ਬੜੀ ਡੈਪਥ ਹੈ, ਇੱਕ ਇੱਕ ਖਾਸ ਰਿਦਮ ਤਾਂ ਹੈ ਹੀ ਹੈ ਜਿਹੜਾ ਉਸ ਦੇ ਵਿੱਚ ਮੌਜੂਦ ਹੈ, ਪਰ ਬੜੀ ਡੂੰਘਾਈ ਵੀ ਹੈ। ਔਰ ਅੱਜ ਕਿਉਂਕਿ ਜਦੋਂ ਅਸੀਂ ਪ੍ਰੋਫੈਸਰ ਭੁੱਲਰ ਦੇ ਕੇਸ ਦੀ ਗੱਲ ਦੁਬਾਰਾ ਕਰ ਰਹੇ ਹਾਂ, ਆਉਣ ਵਾਲੇ ਦਿਨਾਂ 'ਚ ਵੀ ਕਰਾਂਗੇ, ਜਦੋਂ ਤੱਕ ਇਸ ਮੁੱਦੇ 'ਤੇ ਸਿੱਖ ਕੌਮ ਦੀ ਇਕਮੁੱਠਤਾ ਔਰ ਸਰਕਾਰ ਆਪਣੇ ਫੈਸਲੇ ਤੋਂ ਵਾਪਸ ਨਹੀਂ ਜਾਂਦੀ ਜੀ, ਅਤੇ ਸਾਡੇ ਸਾਹਮਣੇ ਦੋ ਕਿਸਮ ਦੇ ਸਿਸਟਮ ਆਉਂਦੇ ਨੇ ਜੀ, ਇੱਕ ਪਾਪੀ ਸਿਸਟਮ ਹੈ, ਜ਼ਾਬਰ ਸਿਸਟਮ ਹੈ ਜੀ, ਜਿਹੜੇ ਕਿ ਜ਼ਬਰ ਕਰਦੇ ਨੇ ਜੀ, ਜ਼ਬਰ ਨਾਲ ਆਵਾਜ਼ ਦਬਾਉਣਾ ਚਾਹੁੰਦੇ ਨੇ ਜੀ, ਅਤੇ ਇੱਕ ਪਾਸੇ ਦਸਵੇਂ ਪਾਤਸ਼ਾਹ ਨੇ ਜਿਹੜਾ ਵਿਜ਼ੁਅਲਾਈਜ਼ ਕੀਤਾ, ਜਿਹੜਾ ਖਾਲਸੇ ਦੇ ਜ਼ਿੰਮੇ ਲਾਇਆ, ਇੱਕ ਐਸਾ ਸਿਸਟਮ ਜਿੱਥੇ ਸਭ ਦੇ ਨਾਲ ਇਨਸਾਫ ਹੋਏ, ਜਿੱਥੇ ਸਾਰੇ ਸੁਖੀ ਵਸਣ ਜੀ, ਔਰ ਇਹ ਥਾਟ ਆਲਰੇਡੀ ਗੁਰੂ ਨਾਨਕ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੇਗਮਪੁਰਾ ਸ਼ਹਿਰ ਕੋ ਨਾਓ ਜੀ, ਭਗਤ ਰਵਿਦਾਸ ਜੀ ਦੀ ਬਾਣੀ ਦੀ ਅਸੀਂ ਅੱਗੇ ਵੀ ਗੱਲ ਕੀਤੀ ਸੀ, ਇਹ ਲੇਅ ਕੀਤਾ ਹੋਇਆ। ਗੁਰੂ ਅਰਜਨ ਸਾਹਿਬ ਦਾ ਇਸ 'ਤੇ ਫਰਮਾਨ ਬੜਾ ਸਪਸ਼ਟਤਾ ਦੇ ਨਾਲ ਹੈ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਨਿੰਝਾਣ ਦਾ, ਸਭੇ ਸੁਖਾਲੀ ਉੱਠੀਆ, ਇਹ ਹੋਆ ਹਲੇਮੀ ਰਾਜ ਜਿਉ, ਕਿ ਇਹ ਨਿਰੰਕਾਰ ਦਾ ਹੁਕਮ ਹੈ ਅਕਾਲ ਪੁਰਖ ਦਾ, ਕਿ ਕੋਈ ਐਸਾ ਸਿਸਟਮ ਨਾ ਹੋਏ ਜਿੱਥੇ ਕੋਈ ਕਿਸੇ ਨੂੰ ਤੰਗ ਕਰੇ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਤੰਗ ਨਾ ਕਰੇ, ਰਿੰਝਾਏ ਨਾ, ਸਭੇ ਸੁਖਾਲੀ ਉੱਠੀ ਹੈ, ਸਾਰੇ ਸੁਖੀ ਵਸਣ, ਹੁਣ ਹੋਆ ਹਲੇਮੀ ਰਾਜ ਜਿਉ, ਇਹ ਹੋਆ ਹਲੇਮੀ ਰਾਜ, ਇਹ ਹਲੇਮੀ ਰਾਜ ਹੈ ਜਿਹਦਾ ਕਾਨਸੈਪਟ ਗੁਰੂ ਅਰਜਨ ਸਾਹਿਬ ਨੇ ਦਿੱਤਾ। ਹੁਣ ਦਸਵੇਂ ਪਾਤਸ਼ਾਹ ਇਸੇ ਲਾਈਨ ਦੇ ਉੱਤੇ ਫਰਮਾਉਂਦੇ ਨੇ, ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸ਼ਤਰ ਸਭੈ ਅਵਲੋਕ ਚਪੈਂਗੇ। ਪਹਿਲਾਂ ਤਾਂ ਨਿਰੰਕਾਰ ਦੀ ਉਥਾਪਨਾ ਕ੍ਰੀਏਸ਼ਨ ਦੀ ਗੱਲ ਹੈ ਜੀ, ਦਾਨਵ ਦੇਵ ਫਨਿੰਦ ਰਾਤ ਨੂੰ ਘੁੰਮਣ ਵਾਲੇ ਜੀਵ, ਦੇਵਤੇ ਰਾਕਸ਼ਸ ਸਾਰੇ ਹੀ ਜੀ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਬੀਤੇ ਸਮੇਂ ਦੇ ਅੱਜ ਦੇ ਆਉਣ ਵਾਲੇ ਭਵਿੱਖ ਦੇ ਸਾਰੇ ਉਸ ਵਾਹਿਗੁਰੂ ਨੂੰ ਧਿਆਉਂਦੇ ਨੇ, ਉਹਨੂੰ ਯਾਦ ਕਰਦੇ ਨੇ ਜੀ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਜੀ। ਜਿੰਨੀ ਕ੍ਰੀਏਸ਼ਨ ਹੈ ਪਾਣੀ ਦੇ ਵਿੱਚ ਹੈ, ਧਰਤੀ 'ਤੇ ਹੈ, ਰੱਬ ਨੇ ਪਲਾਂ ਦੇ ਵਿੱਚ ਉਹਨੂੰ ਥਾਪ ਦਿੱਤਾ ਜੀ। ਪੁਨ ਪ੍ਰਤਾਪਨ ਬਾੜ ਜੈ ਤੁਨ, ਇਹ ਨਿਰੰਕਾਰ ਦਾ ਹੁਕਮ ਹੈ, ਉਸ ਦੀ ਰਜ਼ਾ ਹੈ ਕਿ ਉਹ ਸਿਸਟਮ ਜਿਸ ਦੇ ਵਿੱਚ ਗ੍ਰੈਂਡਿਓਰ ਆ ਹੋਏ ਪਰ ਇਮਾਨਦਾਰੀ ਸੱਚਾਈ ਹੋਏ, ਪਾਪਨ ਕੇ ਬਹੁ ਪੁੰਜ ਖਪੈਂਗੇ, ਜਿਹੜੇ ਸਿਨਰ ਨੇ ਨੈਗੇਟਿਵ ਸਿਸਟਮ ਹੈ ਜੀ, ਉਹ ਸਾਰੇ ਦੇ ਸਾਰੇ ਤਬਾਹ ਹੋਣ। ਚੰਗਾ ਸਿਸਟਮ ਕਿਉਂ ਚਾਹੀਦਾ ਹੈ, ਪੁੰਨ ਪ੍ਰਤਾਪ ਦਾ ਫਲਣਾ ਕਿਉਂ ਜ਼ਰੂਰੀ ਹੈ, ਤਾਂ ਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ, ਭਲੇ ਲੋਕ ਸਾਧੂਆਂ ਦੇ ਲੋਕ, ਸਾਧੂ ਲੋਕ, ਭਲੇ ਲੋਕ ਜੀ, ਨੋਬਲ ਲੋਕ ਸੰਸਾਰ ਦੇ ਵਿੱਚ ਖੁਸ਼ੀ ਵਿਚਰਨ,
ਜੀ ਸਾਧ ਸਮੂਹ ਪ੍ਰਸੰਨ ਫਿਰੈ ਜਗ ਸ਼ਤਰ ਸਭੈ ਅਵਲੋਕ ਚ ਪੈਂਗੇ ਟਾਇਰੈਂਟ ਸ਼ਤਰੂ ਐਨਮੀ ਮਾੜੇ ਰਜੀਮ ਹਿੰਦੁਸਤਾਨ ਦੇ ਰਜੀਮ ਵਰਗੇ ਇਹ ਸਾਰੇ ਪਤਾਲ 'ਚ ਧੱਕ ਦਿੱਤੇ ਜਾਣੇ ਨੇ ਅਤੇ ਅਲਟੀਮੇਟਲੀ ਸਿਸਟਮ ਉਹੀ ਕਾਇਮ ਰਹੇਗਾ ਜਾਂ ਉਹੀ ਕਾਇਮ ਕਰਨ ਦੇ ਲਈ ਖਾਲਸੇ ਨੂੰ ਗੁਰੂ ਨੇ ਜ਼ਿੰਮਾ ਦਿੱਤਾ ਜਿੱਥੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਈਵਲ ਐਮਪਾਇਰ ਨੇ ਜੀ ਬੁਰਾਈ ਵਾਲੇ ਰਾਜ ਨੇ ਜਿਵੇਂ ਹਿੰਦੁਸਤਾਨ ਦਾ ਰਾਜ ਹੈ ਅਤੇ ਇੱਕ ਪਾਸੇ ਸੱਚ ਹੱਕ ਇਨਸਾਫ ਜਿਹੜਾ ਜਿਹੜੇ ਰਾਜ ਦੇ ਨੀਂਹ ਗੁਰੂ ਨਾਨਕ ਸਾਹਿਬ ਨੇ ਸੱਚ ਕੋਟ ਸੱਚ ਦੇ ਕਿਲ੍ਹੇ ਦੇ ਉੱਤੇ ਸੈਤਾਣੀ ਨੀਂਵ ਦੇ ਡੂੰਘੀ ਨੀਂਹ ਰੱਖੀ ਹੋਈ ਹੈ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਜ ਦੀ ਉਸ ਦੇ ਲਈ ਸਾਡਾ ਯਤਨ ਸਤਤ ਜਾਰੀ ਰਹੇਗਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਸਾਡਾ ਸਾਨੂੰ ਆਪਣੀ ਰਾਏ ਅਤੇ ਸੁਝਾਅ ਭੇਜਣਾ ਨਾ ਭੁੱਲਣਾ ਇਸ ਪਤੇ 'ਤੇ sos@tvhfo.tv 'ਤੇ ਅਸੀਂ ਕੱਲ੍ਹ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ